ਸਤਿ ਸ਼੍ਰੀ ਅਕਾਲ ਜੀ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਹੁਣ ਸਾਡੇ ਦਿਲਾਂ 'ਚ ਤਾਂ ਵਲਵਲੇ ਉੱਠੀ ਜਾਂਦੇ ਆ ਜਿਹੜੇ ਸੰਘਰਸ਼ ਅੰਨੀ ਸਾਨੂੰ ਧੱਕ ਦਿੱਤਾ ਗਿਆ ਜਾਂ ਜਿਸ ਹਾਲਾਤਾਂ ਵੱਲੀ ਸਾਨੂੰ ਧੱਕਿਆ ਜਾ ਰਿਹਾ ਉਹ ਬੜੇ ਹੀ ਮੈਨੂੰ ਲੱਗਦਾ ਸਾਨੂੰ ਚਿੰਤਨ ਕਰਨਾ ਬਣਦਾ ਉਹਨਾਂ 'ਤੇ ਪਰ ਮੈਂ ਉਦੋਂ ਪਹਿਲਾਂ ਇੱਕ ਗੱਲ ਕਰਨੀ ਚਾਹੁੰਦਾ ਗੱਲ ਇਹ ਆ ਵੀ ਜਦੋਂ ਕੋਈ ਸੰਘਰਸ਼ ਵਿੜਦੇ ਹਾਂ ਆਪਾਂ ਜਾਂ ਜਦੋਂ ਕਿਸੇ ਕ੍ਰਾਂਤੀ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਵਿਰੋਧ ਹੋਣਾ ਲਾਜ਼ਮੀ ਅਤੇ ਸੁਭਾਵਿਕ ਆ ਉਦੋਂ ਬਿਨਾਂ ਉਸ ਵਿਰੋਧ ਤੋਂ ਬਿਨਾਂ ਹੋਣਾ ਵੀ ਚਾਹੀਦਾ ਉਸ ਵਿਰੋਧ ਤੋਂ ਬਿਨਾਂ ਸਾਨੂੰ ਸੇਧ ਵੀ ਨਹੀਂ ਮਿਲਦੀ ਅਸੀਂ ਸਹੀ ਰਾਹ 'ਤੇ ਕਈ ਵਾਰੀ ਤੁਰਦੇ ਵੀ ਨਹੀਂ ਕਿਉਂਕਿ ਸਾਡੀ ਆਲੋਚਨਾ ਵੀ ਬੜੀ ਜ਼ਰੂਰੀ ਹੁੰਦੀ ਆ ਹੁਣ ਜਦੋਂ ਮੈਂ ਪੰਜਾਬ ਆ ਕੇ ਸਾਡੇ ਪੰਜਾਬ ਦੇ ਲੋਕਾਂ ਦੀ ਜਾਂ ਪੰਜਾਬ ਦੀ ਗੱਲ ਕਰਦਾ ਤਾਂ ਇਸ ਗੱਲ 'ਤੇ ਹੁੰਦਾ ਬਾਈ ਜੀ ਤੁਸੀਂ ਸਨੀ ਦਿਓਲ ਦੀ ਸਪੋਰਟ ਕੀਤੀ ਸੀ ਹੁਣ ਜਿਹੜੀ ਗੱਲ ਮੈਂ ਅੱਜ ਕਰਨੀ ਚਾਹੁੰਦਾ ਵੀ ਜਦੋਂ ਕੋਈ ਆਪਦਾ ਸਾਡਾ ਸਰਕਾਰ 'ਚ ਬੈਠਾ ਹੋਵੇ ਜਾਂ ਆਪਦਾ ਬੰਦਾ ਅਸੀਂ ਪਾਰਲੀਮੈਂਟ 'ਚ ਭੇਜੀਏ ਉਦੋਂ ਅਸੀਂ ਇਹੀ ਆਸ ਕਰਦੇ ਹਾਂ ਵੀ ਬੰਦਾ ਸਾਡੇ ਹੱਕਾਂ ਲਈ ਲੜੂਗਾ ਸਾਡੀ ਆਵਾਜ਼ ਬਣੂਗਾ ਆਪਦੀ ਆਵਾਜ਼ ਜਾ ਕੇ ਪੰਜਾਬ ਦੇ ਮਸਲਿਆਂ ਦੀ ਪੰਜਾਬ ਦੇ ਕਿਸਾਨਾਂ ਦੀ ਲੋਕਾਂ ਦੀ ਆਵਾਜ਼ ਬੁਲੰਦ ਕਰੂਗਾ ਜਾ ਕੇ ਪਾਰਲੀਮੈਂਟ 'ਚ ਸੋ ਮੈਨੂੰ ਵੀ ਸਨੀ ਬਾਈ ਤੋਂ ਇਹੀ ਆਸ ਸੀ ਪਰ ਬਾਈ ਹੁਣ ਪੰਜਾਬ ਦੇ ਲੋਕਾਂ ਲਈ ਨਹੀਂ ਖੜਿਆ ਬਾਈ ਜਾ ਕੇ ਸਰਕਾਰ ਦੇ ਹੱਕ 'ਚ ਭੁਗਤ ਗਿਆ ਗੱਲ ਇਹ ਆ ਵੀ ਇਹ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਸੀ ਇਹ ਗੱਲ ਤੁਹਾਡੀ ਜਮ੍ਹਾਂ ਜਾਇਜ਼ ਆ ਵੀ ਪੰਜਾਬ ਦੇ ਲੋਕਾਂ ਨੇ ਜਾਂ ਜਿਨ੍ਹਾਂ ਲੋਕਾਂ ਨੇ ਇਹ ਸਵਾਲ ਕੀਤਾ ਅੱਜ ਮੈਨੂੰ ਵੀ ਬਾਈ ਜੀ ਤੁਸੀਂ ਉਦੋਂ ਸਨੀ ਦਿਓਲ ਦੇ ਨਾਲ ਖੜ੍ਹੇ ਸੀ ਇਨਡਾਇਰੈਕਟਲੀ ਤੁਸੀਂ BJP ਦੀ ਹਮਾਇਤ ਕਰ ਰਹੇ ਸੀ ਅਤੇ ਦੇਖੋ ਅੱਜ ਉਹ ਕਿਵੇਂ ਪੰਜਾਬ ਨੂੰ ਖਤਮ ਕਰਨ 'ਤੇ ਤੁਲੀ ਆ ਸੋ ਗੱਲ ਮੈਂ ਵੀ ਇਹ ਕਹਿੰਦਾ ਮੈਨੂੰ ਵੀ ਉਦੋਂ ਕਈ ਵਾਰੀ ਤੁਹਾਨੂੰ ਵਰਤ ਕੇ ਜਾਂ ਜਦੋਂ ਹਾਲਾਤਾਂ 'ਚ ਗੁਜ਼ਰਦੇ ਹੋ ਹਾਲਾਤ ਬੜਾ ਕੁਝ ਸਿਖਾ ਦਿੰਦੇ ਆ ਸੰਘਰਸ਼ ਬੜਾ ਕੁਝ ਸਿਖਾ ਦਿੰਦਾ ਉਦੋਂ ਹੀ ਸਮਝ ਆਉਂਦੀ ਆ ਤਾਂ ਇਸ ਕਰਕੇ ਮੈਂ ਆਪਦੇ ਆਪ ਨੂੰ ਮੇਰੀ ਗਲਤੀ ਜਾਂ ਦੋਸ਼ੀ ਮੰਨਦਾ ਇਸ ਗੱਲ ਦਾ ਪਰ ਮੈਂ ਜੇ ਦੋਸ਼ੀ ਹਾਂ ਤਾਂ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਵੀ ਦੋਸ਼ੀ ਆ ਜਾਂ ਜਿਨ੍ਹਾਂ ਨੇ ਉਹਦੀਆਂ ਇੰਟਰਵਿਊ ਬਾਈ ਦੀਆਂ ਕੀਤੀਆਂ ਉਹ ਵੀ ਦੋਸ਼ੀ ਆ ਜਾਂ ਜਿਨ੍ਹਾਂ ਨੇ ਪਿੱਛੇ ਗੱਡੀਆਂ ਲਾਈਆਂ ਉਹ ਵੀ ਦੋਸ਼ੀ ਆ ਕਿਉਂਕਿ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਨਹੀਂ ਪਤਾ ਸੀ ਜਿਵੇਂ ਮੈਨੂੰ ਨਹੀਂ ਪਤਾ ਸੀ ਪਰ ਇਸ ਗੱਲ 'ਤੇ ਅਸੀਂ ਆਪਸ 'ਚ ਕੋਈ ਆਲੋਚਨਾ ਹੋਣੀ ਚਾਹੀਦੀ ਆ ਆਲੋਚਨਾ ਨਾਲ ਹੀ ਅਸੀਂ ਜਿਵੇਂ ਮੈਂ ਕਿਹਾ ਸਹੀ ਰਾਹਾਂ 'ਤੇ ਤੁਰੇ ਜਾਂਦੇ ਹਾਂ ਪਰ ਇਹਨਾਂ ਗੱਲਾਂ 'ਤੇ ਅਸੀਂ ਸਿੰਘ ਫਸਾਈ ਰੱਖੀਏ ਅਤੇ ਸੰਘਰਸ਼ ਦੀ ਇੱਕ ਚਾਲ ਨੂੰ ਮੱਧਮ ਕਰ ਦਈਏ ਇਹ ਵੀ ਗੱਲ ਨਹੀਂ ਹੋ ਸਕਦੀ ਕਿਉਂਕਿ ਲੋਕਾਂ ਲਈ ਲੜਨਾ ਆਪਦੇ ਹੱਕਾਂ ਲਈ ਲੜਨਾ ਆਪਦੀਆਂ ਮੰਗਾਂ ਰੱਖਣੀਆਂ ਬੜੀਆਂ ਜ਼ਰੂਰੀ ਹੁੰਦੀਆਂ ਸੋ ਅੱਜ ਪੰਜਾਬ ਜਿਹੜੇ ਹਾਲਾਤਾਂ ਵੱਲ ਧੱਕਿਆ ਜਾ ਰਿਹਾ ਲਓ ਮੈਂ ਤੁਹਾਨੂੰ ਦੱਸਦਾ ਵੀ ਸਾਡੀ ਆਰਥਿਕ ਪੰਜਾਬ ਦੀ ਜਾਂ ਇਕਨੋਮਿਕ ਕੰਡੀਸ਼ਨ ਉਸ ਲੈਵਲ ਤੱਕ ਚਲੀ ਜਾਊਗੀ ਵੀ ਇੱਥੇ ਹਾਲਾਤ ਜਦੋਂ ਮਰਜ਼ੀ ਵਿਗੜ ਸਕਦੇ ਆ ਫਿਰ ਸਾਨੂੰ ਅਸੀਂ ਹੱਥਾਂ 'ਚ ਜਾਂ ਮੋਢਿਆਂ 'ਤੇ ਕਈਆਂ ਰੱਖੀ ਫਿਰਦੇ ਹਾਂ ਇਹ ਮੁੜ ਕੇ ਬੰਦੂਕਾਂ ਰਖਾ ਦਿੰਦੇ ਆ ਸਟੇਟ ਧੱਕਦੀ ਆ ਸਾਨੂੰ ਵਾਇਲੈਂਸ ਨਹੀਂ ਪਰ ਸਾਨੂੰ ਹੁਣ ਇਸ ਵੇਲੇ ਜਿਹੜੀ ਅਸੀਂ ਕ੍ਰਾਂਤੀ ਲਿਆ ਸਕਦੇ ਹਾਂ ਇੱਕਜੁੱਟ ਹੋ ਕੇ ਜਾਂ ਜਿਹੜੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇੱਕਜੁੱਟ ਹੋ ਕੇ ਕ੍ਰਾਂਤੀ ਲਿਆ ਸਕਦੀਆਂ ਇਹਦੇ 'ਚ ਲੋਕਾਂ ਨੂੰ ਵੀ ਜੁੜਨ ਦੀ ਜ਼ਰੂਰਤ ਆ ਕਿਉਂਕਿ ਜਿਹੜਾ ਆਰਡੀਨੈਂਸ ਆ ਰਿਹਾ ਚਾਹੇ ਉਹ ਅਸੈਂਸ਼ਲ ਕਮੋਡਿਟੀ ਐਕਟ ਆ ਜਿਹੜਾ ਉਹਦੇ 'ਚ ਜਿਹੜੀਆਂ ਜ਼ਰੂਰੀ ਵਸਤਾਂ ਦਾ ਭੰਡਾਰੀਕਰਨ ਦਾ ਇਹਨਾਂ ਨੂੰ ਖੁੱਲ੍ਹ ਦੇ ਦਿੱਤੀ ਗਈ ਆ ਵਪਾਰੀਆਂ ਨੂੰ ਜਾਂ ਜਿਹੜਾ ਕਿਸਾਨੀ ਦਾ ਆਰਡੀਨੈਂਸ ਆ ਰਿਹਾ ਇਹ ਇਕੱਲਾ ਕਿਸਾਨਾਂ ਨੂੰ ਨਹੀਂ ਇਹ ਪੰਜਾਬ ਦੀ ਹਰ ਰੂਹ ਦੀ ਜ਼ਿੰਦਗੀ ਆ ਹਰ ਉਸ ਵਿਅਕਤੀ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰੂਗਾ ਇੱਥੇ ਜਿਹੜਾ ਅੱਜ ਆਟਾ ਸਾਨੂੰ ਮੰਨ ਲਓ ਜੇ 200 ਰੁਪਈਆ 5 ਕਿਲੋ ਮਿਲਦਾ ਤਾਂ ਉਹ 500 ਰੁਪਈਏ ਜਾਂ 800 ਰੁਪਈਏ 5 ਕਿਲੋ ਮਿਲਿਆ ਕਰੂਗਾ ਇਹ ਗੱਲ ਲਿਖਾ ਕੇ ਲੈ ਲਓ ਮੇਰੇ ਤੋਂ ਕਿਉਂਕਿ ਸਾਡਾ ਪੰਜਾਬ ਦਾ ਜਿਹੜਾ ਐਗਰੇਰੀਅਨ ਮਾਡਲ ਹੈ ਨਾ ਜਾਂ ਹਰਿਆਣੇ ਦਾ ਵੀ ਐਗਰੇਰੀਅਨ ਮਾਡਲ ਹੈ ਐਗਰੀਕਲਚਰਲ ਅਸੀਂ ਸਟੇਟਸ ਹਾਂ ਸਾਡੀ ਮੇਨ ਜਿਹੜੀ ਇਕੋਨਮੀ ਦਾ ਪਾਰਟ ਆ ਉਹ ਐਗਰੀਕਲਚਰ ਆ ਉਹਨੂੰ ਡਿਸਟਰੋਏ ਕੀਤਾ ਜਾ ਰਿਹਾ ਪਹਿਲੀ ਗੱਲ ਤਾਂ ਉਹਨੂੰ ਤਾਂ ਡਿਸਟਰੋਏ ਉਦੋਂ ਹੀ ਕਰਤਾ ਸੀ ਜਦੋਂ 1966 'ਚ ਗ੍ਰੀਨ ਰੈਵੋਲਿਊਸ਼ਨ ਸਾਡੇ ਪੱਲੇ ਪਾਤਾ ਸੀ ਜਦੋਂ ਪੂਰਾ ਦੇਸ਼ ਅਨਾਜ ਲਈ ਭੁੱਖਾ ਮਰਦਾ ਸੀ ਬਾਹਰੋਂ ਮੰਗਾਉਂਦੇ ਸੀ ਅਤੇ ਖਤਰਾ ਸੀ ਉਸ ਵੇਲੇ ਦੇਸ਼ 'ਚ ਵੀ ਫੂਡ ਕ੍ਰਾਈਸਿਸ ਨਾ ਕਿਤੇ ਹੋ ਜਾਣ ਉਸ ਵੇਲੇ ਗਵਰਨਮੈਂਟ ਨੇ ਇਹ ਦੇਖਿਆ ਵੀ ਪੰਜਾਬ ਵਾਲਿਆਂ ਕੋਲ ਜ਼ਮੀਨ ਵੀ ਉਪਜਾਊ ਆ ਸਾਡੇ ਕੋਲ ਪਾਣੀ ਦੇ ਇਰੀਗੇਸ਼ਨ ਦੇ ਰਿਸੋਰਸਿਸ ਵੀ ਹੈਗੇ ਆ ਸਾਡੇ ਕੋਲ ਸਕਿੱਲ ਵੀ ਹੈਗਾ ਸੋ ਇਹਨਾਂ ਨੂੰ ਖੇਤੀ ਵਾਲੇ ਪਾਸੇ ਲਾ ਕੇ ਇੱਥੇ ਉਪਜ ਵਧਾਈ ਜਾਵੇ ਅਸੀਂ ਇਹਨਾਂ ਨੂੰ ਖਵਾਇਆ
ਅਨਾਜ ਦਿੱਤਾ ਸਾਰੇ ਦੇਸ਼ ਨੂੰ, ਪਰ ਉਹਦੇ ਨਾਲ ਸਾਡਾ ਕੀ ਹੋਇਆ, ਇਨਵਾਇਰਮੈਂਟਲ ਕ੍ਰਾਈਸਿਸ ਆ ਗਏ ਸਾਡੇ, ਵਾਤਾਵਰਨ ਕ੍ਰਾਈਸਿਸ ਜਿਹਨੂੰ ਕਹਿੰਦੇ ਆ, ਮਤਲਬ ਬਹੁਤ ਜ਼ਿਆਦਾ ਭਿਆਨਕ ਸਿੱਟੇ ਨਿਕਲਣਗੇ ਉਹਦੇ, ਕਿਉਂਕਿ ਸਾਡੀ ਜ਼ਮੀਨ, ਸਾਡਾ ਪਾਣੀ, ਸਾਡੀ ਹਵਾ ਸਭ ਗੰਧਲੀ ਹੋ ਗਈ। ਪੰਜਾਬ ਦਾ ਇਨਵਾਇਰਮੈਂਟਲ ਕ੍ਰਾਈਸਿਸ ਇੰਨਾ ਕੁ ਡੀਪ ਆ ਵੀ ਇੱਥੇ ਸੋਸ਼ਲ ਸਟਰਕਚਰ ਆ ਜਿਹੜਾ ਉਹ ਕਲੈਪਸ ਹੋ ਸਕਦਾ। ਇਸ ਗੱਲ ਨੂੰ ਕੋਈ ਐਡਰੈਸ ਨਹੀਂ ਕਰ ਰਿਹਾ। ਹੁਣ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਇਹਦੀ ਗੱਲ ਤਾਂ ਇਹਨਾਂ ਨੇ ਕੀ ਕਰਨੀ ਆ, ਸਾਡੇ 'ਤੇ ਆਰਡੀਨੈਂਸ ਥੋਪਤਾ। ਕਿਉਂ ਥੋਪਿਆ? ਕਿਉਂਕਿ ਉਹਨਾਂ ਵਪਾਰੀਆਂ ਵਾਸਤੇ ਮੰਡੀਆਂ ਕ੍ਰੀਏਟ ਕਰਨੀਆਂ ਨਵੀਆਂ, ਅਤੇ ਉੱਥੇ ਉਹਨਾਂ ਨੂੰ ਲੇਬਰ ਵੀ ਚਾਹੀਦੀ ਆ ਜਿਹੜੀ ਚੀਪ ਹੋਵੇ, ਜਿਹਨਾਂ ਨੂੰ ਐਕਸਪਲੋਇਟ ਕਰ ਸਕਣ। ਜਦੋਂ ਮੈਂ ਯੂਪੀ, ਬਿਹਾਰ ਜਾਂ ਹੋਰ MP ਜਾਂ ਬੰਗਾਲ, ਇਸ ਸਟੇਟਸ ਦੀ ਲੇਬਰ ਦੀ, ਮਾਈਗਰੈਂਟਸ ਲੇਬਰ ਆ ਜਿਹੜੇ, ਉਹਨਾਂ ਦੀ ਗੱਲ ਕੀਤੀ ਸੀ, ਇਹਨਾਂ ਨੂੰ ਪਤਾ ਵੀ ਉਹ ਹਾਰਡ ਲੇਬਰ ਕਰ ਸਕਦੇ ਆ, ਉਹਨਾਂ ਨੂੰ ਐਕਸਪਲੋਇਟ ਵੀ ਕਰ ਸਕਦੇ ਹਾਂ ਅਸੀਂ, ਅਤੇ ਸਾਨੂੰ ਚੀਪ ਲੇਬਰ ਵੀ ਮਿਲ ਸਕਦੀ ਆ, ਉੱਥੇ ਖੇਤੀ ਕਰਾਵਾਂਗੇ। ਪੰਜਾਬ ਅਤੇ ਹਰਿਆਣੇ 'ਤੇ ਡਿਪੈਂਡ ਨਹੀਂ ਰਹਿੰਦੇ ਹੁਣ। ਸੋ ਗੱਲਾਂ ਨੂੰ, ਕੋਂਸਪਰੇਸੀ ਥਿਊਰੀਜ਼ ਨੂੰ ਸਮਝਣ ਦੀ ਜ਼ਰੂਰਤ ਆ। ਜਿੱਥੋਂ ਤੱਕ ਰਹੀ ਮੇਰੀ ਗੱਲ, ਮੈਂ 25 ਤਰੀਕ ਦੇ ਧਰਨੇ ਬਾਰੇ ਗੱਲ ਕਰਨਾ ਚਾਹੁੰਦਾ ਵੀ 25 ਤਰੀਕ ਨੂੰ ਬਾਈ ਜੀ ਦਿੱਲੀ ਤਾਂ ਹੀ ਗੱਲ ਪਹੁੰਚਣੀ ਚਾਹੀਦੀ ਆ। ਬਠਿੰਡਾ, ਫਰੀਦਕੋਟ, ਪੰਜਾਬ 'ਚ ਆਪਾਂ ਪਟਿਆਲੇ ਬਹਿ ਕੇ ਕੁਛ ਨਹੀਂ ਹੋਣਾ, ਕੋਈ ਉਹਨਾਂ ਦੇ ਸਿਰ 'ਤੇ ਜਮਾਂ ਕੰਨ 'ਤੇ ਜੂ ਨਹੀਂ ਸਰਕਣੀ ਜਦੋਂ ਤੱਕ ਤੁਸੀਂ ਦਿੱਲੀ ਨਹੀਂ ਹਿਲਾਉਂਦੇ। ਲੋ ਮੈਨੂੰ ਜਿਹੜੇ ਕਹਿੰਦੇ ਆ ਵੀ ਬਾਈ ਤੂੰ BJP ਦਾ ਬੰਦਾ ਆ, ਸਨੀ ਦਿਓਲ ਦੇ ਹੱਕ 'ਚ ਭੁਗਤਿਆ ਸੀ, ਮੈਂ ਵੰਗਾਰਦਾ ਤੁਹਾਨੂੰ ਵੀ ਆ ਜਾਓ ਬਾਰਡਰ ਕਲੀਏ ਸੀਲ, 25 ਤਰੀਕ ਨੂੰ ਬਾਰਡਰ ਸੀਲ ਕਰਦੇ ਹਾਂ। ਇਹਨਾਂ ਨੂੰ ਲੱਗੂ ਪਤਾ ਜਦੋਂ ਪੰਜਾਬ 'ਚ ਕੋਈ ਦਿੱਲੀ ਵਾਲੇ ਲੁਟੇਰੇ ਆਪਾਂ ਨਹੀਂ ਵੜਨ ਦਿੱਤੇ, ਸ਼ੰਭੂ ਬਾਰਡਰ 'ਤੇ ਬਹਿੰਦੇ ਹਾਂ, 25 ਤਰੀਕ ਨੂੰ ਮੈਂ ਦਿੰਦਾ ਹੋਕਾ, ਲਓ ਮੈਂ ਬੈਠਾ ਹੋਊਂਗਾ, ਦੇਖਦੇ ਹਾਂ ਕਿਹੜੇ ਕਿਹੜੇ 'ਚ ਦਾਵਾਂ, ਕਿਹੜਾ ਕਿਹੜਾ ਮੁੜ ਕੇ ਜ਼ਮੀਰ ਜਾਗਦੀ ਆ, ਕਿਹੜਾ ਕਿਹੜਾ ਉਨੀ ਕੁ ਹੈਸੀਅਤ ਰੱਖਦਾ, ਕਿਹੜਾ ਕਿਹੜਾ ਹਿੰਮਤ ਰੱਖਦਾ ਵੀ ਸਾਡੇ ਨਾਲ ਆ ਕੇ ਉੱਥੇ ਖੜਾ ਹੋਵੇ। ਮੈਨੂੰ ਤੁਸੀਂ ਲਓ ਆਪਦੇ ਨੰਬਰ ਭੇਜੋ, ਇਨਬੋਕਸ ਕਰੋ ਜਾਂ ਮੈਸੇਜਸ 'ਚ ਕਰੋ, ਅਸੀਂ ਕੋਂਟੈਕਟ ਕਰਦੇ ਹਾਂ। ਆਪਾਂ ਬਹਿੰਦੇ ਹਾਂ 25 ਤਰੀਕ ਨੂੰ, ਦਿੱਲੀ ਤਾਂ ਹੀ ਪਹੁੰਚਾਉਣੇ ਆ ਆਵਾਜ਼, ਬੈਠੇ ਹੋਈਏ ਫਰੀਦਕੋਟ, ਬੈਠੇ ਹੋਈਏ ਪਟਿਆਲੇ, ਬੈਠੇ ਹੋਈਏ ਬਠਿੰਡੇ, ਇਹਨਾਂ ਨੂੰ ਕੀ ਫਰਕ ਪੈਂਦਾ, ਕਰੀ ਲਾਈ ਜਾਈਏ ਧਰਨੇ ਉੱਥੇ। ਕਿਸਾਨ ਜਥੇਬੰਦੀਆਂ ਦੇ ਅਸੀਂ ਨਾਲ ਹਾਂ ਬਈ, 25 ਤਰੀਕ ਨੂੰ ਬੈਠੋ ਸ਼ੰਭੂ ਬਾਰਡਰ 'ਤੇ, ਅਤੇ ਉਦੋਂ ਬਾਅਦ ਕਰੋ ਦਿੱਲੀ ਨੂੰ ਕੂਚ, ਫਿਰ ਦੇਖਦੇ ਹਾਂ ਇਹ ਕੀ ਕਰਦੇ ਆ। ਸਾਡੇ 'ਤੇ ਜਬਰ ਜ਼ੁਲਮ ਕਰਨਗੇ, ਪਰ ਆਪਾਂ ਕੋਈ ਨਹੀਂ ਉਵੇਂ ਚੱਲਣ ਦਿਓ, ਫਿਰ ਭੱਜਦਿਆਂ ਨੂੰ ਆਣ ਇੱਕੋ ਜਿਹੇ ਹੀ ਹੁੰਦੇ ਆ। ਸੋ ਆਉਣ ਦਿਓ, ਹੁਣ ਅਸੀਂ ਇਹਨੂੰ ਇੰਟਲੈਕਚੁਅਲੀ ਵੀ ਐਡਰੈਸ ਕਰਾਂਗੇ, ਇਹਨੂੰ ਅਸੀਂ ਸਿਧਾਂਤਕ ਤੌਰ 'ਤੇ ਵੀ ਐਡਰੈਸ ਕਰਾਂਗੇ, ਅਤੇ ਇਸ ਚੀਜ਼ ਨੂੰ ਜੋਸ਼ ਅਤੇ ਹੋਸ਼ 'ਚ ਐਡਰੈਸ ਕਰਾਂਗੇ, ਕਿਉਂਕਿ ਮੈਨੂੰ ਐਂ ਲੱਗਦਾ ਵੀ ਇਕੱਲਾ ਜੋਸ਼ ਵੀ ਜ਼ਰੂਰੀ ਨਹੀਂ ਹੁੰਦਾ, ਸਾਨੂੰ ਨਾਲ ਨਾਲ ਹੋਸ਼ ਵੀ ਰੱਖਣਾ ਪਊਗਾ। ਕਿਉਂਕਿ ਨਹੀਂ ਤਾਂ ਸਾਨੂੰ, ਜਿਵੇਂ ਮੈਂ ਕਿਹਾ, ਵਾਇਲੈਂਸ ਇੰਨੀ ਸਟੇਟ ਧੱਕਦੀ ਆ, ਸਾਨੂੰ ਮਜਬੂਰ ਕਰ ਦੇਣਗੇ ਵੀ ਕਈਆਂ ਅਸੀਂ ਖੇਤਾਂ 'ਚ ਧਰ ਜਾਂਗੇ, ਆਪਦੇ ਮੋਢਿਆਂ ਤੋਂ ਲਾਹ ਕੇ ਅਤੇ ਬੰਦੂਕਾਂ ਚੱਕ ਲਾਂਗੇ। ਉਦੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਆਉਂਦਾ ਉਸ ਸੰਘਰਸ਼ ਨੂੰ ਦੱਬਣਾ, ਅਸੀਂ ਪਹਿਲਾਂ ਵੀ ਦੇਖ ਹੀ ਲਿਆ। ਇਸ ਕਰਕੇ ਸਾਡਾ ਲਾਮਬੰਦ ਹੋਣਾ, ਸਾਡਾ ਇੱਕ ਹੋਣਾ, ਅਤੇ ਸੰਘਰਸ਼ ਨੂੰ ਇਸ ਤਰ੍ਹਾਂ ਵਿਉਂਤ ਬੰਦ ਕਰਨਾ ਜਾਂ ਇਹਦੀਆਂ ਇਸ ਤਰ੍ਹਾਂ ਰਣਨੀਤੀ ਘੜਨੀ ਵੀ ਇਕੱਠੇ ਵੀ ਰਹੀਏ ਅਤੇ ਦਿੱਲੀ ਤੱਕ ਆਵਾਜ਼ ਵੀ ਪਹੁੰਚੇ, ਬਹੁਤ ਜ਼ਰੂਰੀ ਆ। ਕਿਸਾਨ ਜਥੇਬੰਦੀਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ। ਲੋ ਨੌਜਵਾਨੋ, ਸਾਰੀ ਜਵਾਨੀ ਆ ਜਿਹੜੀ, ਆ ਜੋ ਪ੍ਰਤਿਆ ਲੈਂਦੇ ਹਾਂ ਆਪਣੇ 'ਚ ਕਿੰਨੀ ਕੁ ਹਿੰਮਤ ਆ। 25 ਤਰੀਕ ਨੂੰ ਆਪਾਂ ਬਹਿੰਦੇ ਹਾਂ ਬਾਈ ਜੀ। ਸੋ ਇਹ ਗੱਲ ਜਿਹੜੀ ਮੈਂ ਹੁਣ ਤੁਹਾਡੇ ਨਾਲ ਕਰ ਰਿਹਾ, ਇਹ ਇਸ ਕਰਕੇ ਵੀ ਜ਼ਰੂਰੀ ਆ, ਜੇ ਕਿਤੇ ਇਹ ਲਾਗੂ ਹੋ ਗਿਆ, ਸਾਨੂੰ ਹੈਂਡਲ ਵੀ ਕਰਨਾ ਆਉਂਦਾ, ਇੰਨੀ ਕੁ ਇੰਟੈਲੀਜੈਂਸ ਸਾਡੇ ਕੋਲ ਹੈਗੀ ਆ ਵੀ ਅਸੀਂ ਉਸ ਸਿਚੁਏਸ਼ਨ ਵੀ ਹੈਂਡਲ ਕਰਾਂਗੇ, ਇਹਦਾ ਹੱਲ ਵੀ ਹੈਗਾ ਸਾਡੇ ਕੋਲ। ਪਰ ਉਦੋਂ ਪਹਿਲਾਂ ਇਹ ਗੱਲ ਵੀ ਦੇਖ ਲੈਂਦੇ ਹਾਂ ਵੀ ਇਹ ਜਿਹੜੀ ਇੰਡੀਅਨ ਗਵਰਨਮੈਂਟ ਆ, ਇਹ ਕਿੰਨੀ ਕੁ ਲੋਕ ਹਿੱਤ ਆ। ਇਹ ਗੱਲ ਵੀ ਸਾਹਮਣੇ ਆਜੂਗੀ ਸਾਰਿਆਂ ਦੇ ਵੀ ਇਹ ਗੱਲਾਂ ਜਿਹੜੀਆਂ ਸਾਰਾ ਵਰਤਾਰੇ ਚੱਲ ਰਹੇ ਆ, ਇਹ ਉਸ ਕਾਰਪੋਰੇਟ ਸੈਕਟਰ ਨੂੰ, ਉਹ ਵਪਾਰੀਆਂ ਨੂੰ ਅਕੋਮੋਡੇਟ ਜਾਂ ਪਲੀਜ਼ ਕਰਨ ਵਾਸਤੇ ਚੱਲ ਰਹੇ ਆ। ਕਿਉਂਕਿ -23 GDP ਜਾਵੜੀ, ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਪਰ ਹਜੇ ਤੱਕ ਜਿਹੜੀ ਸਟਾਕ ਮਾਰਕੀਟ ਆ, ਆਲ ਟਾਈਮ ਹਾਈ ਫਿਰ ਰਹੀ ਆ, 40,000 ਦੇ ਆਸ ਪਾਸ ਫਿਰਦੀ ਆ। ਇਹ ਕਦੇ ਹੋ ਸਕਦਾ ਵੀ ਐਡਾ ਵੱਡਾ ਦੇਸ਼ 'ਚ ਇਕਨੋਮਿਕ ਕ੍ਰਾਈਸਿਸ ਹੋਵੇ ਅਤੇ ਸਟਾਕ ਮਾਰਕੀਟ 40,000 ਦੇ ਆਸ ਪਾਸ ਫਿਰੇ, ਆਲ ਟਾਈਮ ਹਾਈ? ਤਾਂ ਇਹਦੇ ਤੋਂ ਤੁਹਾਨੂੰ ਸਮਝ ਆ ਸਕਦਾ ਵੀ ਉਹ ਜਿਹੜਾ ਕਾਰਪੋਰੇਟ ਸੈਕਟਰ ਬੈਠਾ ਨਾ, ਉਹਨੂੰ ਚੰਗੀ ਤਰ੍ਹਾਂ ਪਤਾ ਵੀ ਗਵਰਨਮੈਂਟ ਸਾਡੇ ਲਈ ਕੰਮ ਕਰਦੀ ਆ। ਗਵਰਨਮੈਂਟ ਨੇ ਲੋਕਾਂ ਲਈ ਕੰਮ ਨਹੀਂ ਕਰਨਾ, ਸਰਕਾਰਾਂ ਨੇ ਲੋਕਾਂ ਲਈ ਕੰਮ ਨਹੀਂ ਕਰਨਾ। ਇਸ ਕਰਕੇ ਮੈਨੂੰ ਪਤਾ ਨਹੀਂ ਪੰਜਾਬ ਦਾ ਕੋਈ ਪੋਲੀਟੀਕਲ ਜਿਹੜਾ ਰਾਜਸੀ ਆਗੂ ਆ, ਉਹ ਇਸ ਗੱਲ ਨੂੰ ਐਡਰੈਸ ਕਿਉਂ ਨਹੀਂ ਕਰਦਾ
ਉਹ ਹੋਰ ਹੀ ਪਾਸੇ ਪਤੰਦਰ ਕਿਉਂ ਪਟਕਾਈ ਫਿਰਦੇ ਆ ਸਾਨੂੰ? ਸਾਨੂੰ ਹੁਣ ਆਪਦੇ ਆਪ ਉੱਠਣਾ ਪਊਗਾ, ਆਪਦੇ ਆਪ ਨੂੰ ਜਗਾਉਣਾ ਪਊਗਾ, ਗੱਲਾਂ ਨੂੰ ਸਮਝਣਾ ਪਊਗਾ, ਲਾਮਬੰਦ ਤਰੀਕੇ ਨਾਲ ਸੰਘਰਸ਼ ਨੂੰ ਅੱਗੇ ਵਧਾਉਣਾ ਪਊਗਾ, ਅਦਰਵਾਈਜ਼ ਮਿਲਣਾ ਸਾਨੂੰ ਵੀ ਕੁਛ ਨਹੀਂ ਇਹਦੇ 'ਚੋਂ। ਸੋ ਮੈਂ ਇੱਕ ਵਾਰੀ ਫਿਰ ਨਾਲੇ ਵੰਗਾਰਦਾ ਵੀ ਹਾਂ ਜਿਹੜੀ ਜਵਾਨੀ ਆ, ਅਤੇ ਵੱਡਿਆਂ ਨੂੰ ਅਰਦਾਸ ਕਰਦਾ ਵੀ ਠੀਕ ਆ ਤੁਸੀਂ ਮੰਗ ਪੱਤਰ ਦਿੰਦੇ ਰਹੇ ਸਾਰੀਆਂ ਉਮਰਾਂ, ਪਰ ਹੁਣ ਜਿਹੜੀ ਗੱਲ ਆ ਉਹ ਮੰਗ ਪੱਤਰਾਂ ਦੀ ਨਹੀਂ ਰਹੀ, ਹੁਣ ਲੜਾਈ ਕੁਛ ਵੱਖਰੀ ਆ, ਉਹਦੇ ਢੰਗ ਵੀ ਵੱਖਰੇ ਹੋਣੇ ਚਾਹੀਦੇ ਆ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਬਾਰਡਰ ਸੀਲ ਕਰੀਏ, ਕਰਦੇ ਹਾਂ ਬਾਰਡਰ ਸੀਲ ਆਪਾਂ 25 ਤਰੀਕ ਨੂੰ, ਉਦੋਂ ਬਾਅਦ ਦੇਖਦੇ ਹਾਂ ਇਹ ਕਿੱਥੇ ਕਾ ਕੇ ਭੁਗਤਦੇ ਆ। ਅਸੀਂ ਇਸ ਗੱਲ 'ਤੇ ਸੀਲ ਕਰੀਏ ਵੀ ਦਿੱਲੀ ਦੇ ਲੁਟੇਰੇ ਜਾਂ ਇਹ ਕਾਰਪੋਰੇਟ ਪੰਜਾਬ 'ਚ ਨਹੀਂ ਵੜਨ ਦੇਣੇ। ਲਓ ਆ ਜਾਓ ਬਈ, ਸਾਰੇ ਵਰਗਾਂ ਦੀ ਲੜਾਈ ਆ, ਵਿੱਚੇ ਜਿਹੜਾ ਹਿੰਦੂ ਭਰਾ, ਦਲਿਤ ਭਰਾ, ਹੋਰ ਜਿਹੜੇ ਸਾਰੇ ਵਰਗ ਆ, ਸਿੱਖ, ਸਾਡੇ ਸਾਰਿਆਂ ਦੀ ਲੜਾਈ ਆ, ਸਾਡੀ ਜ਼ਮੀਨ ਦੀ, ਸਾਡੀ ਹੋਂਦ ਦੀ ਲੜਾਈ ਆ। ਜੇ ਨਹੀਂ ਲੜਾਂਗੇ ਸਾਡੇ ਪੱਲੇ ਕੁਛ ਨਹੀਂ ਰਹਿਣਾ। ਇਸ ਕਰਕੇ ਮੈਂ ਨਾਲ ਖੜ੍ਹਾ, ਮੈਨੂੰ ਸਿੰਘ ਪਸਾਈ ਰੱਖੀਏ, ਆਪਸ 'ਚ ਉਲਝਾਈ ਰੱਖੀਏ, ਕਿਉਂਕਿ ਗੱਲ ਹੀ ਕਹਿਣੀ ਹੁੰਦੀ ਆ, ਉਹਨੂੰ ਕਿਹੜਾ ਆਪਾਂ ਪ੍ਰੂਵ ਕਰਨਾ। ਲੋ ਕਹਿ ਦਿਓ ਗੱਲ, ਆਪੇ ਮੁੜ ਕੇ ਦੇਖੀ ਜਾਊ। ਇਹ ਤਾਂ ਗੱਲਾਂ ਕਹਿੰਦੇ ਆ, ਗੱਲਾਂ ਗੁੱਲਾਂ ਦਾ ਕੋਈ ਅਸਰ ਨਹੀਂ ਹੁੰਦਾ। ਲੋਕ ਬੜੇ ਸਿਆਣੇ ਆ, ਮੈਨੂੰ ਐਂ ਲੱਗਦਾ ਮੇਰੇ ਬਾਰੇ ਵੀ ਲੱਗ ਜੂ ਪਤਾ ਤੁਹਾਨੂੰ, ਅਤੇ ਤੁਹਾਡੇ ਬਾਰੇ ਵੀ ਲੱਗ ਜੂ ਪਤਾ ਪੰਜਾਬ ਬਾਰੇ ਵੀ ਸਾਡੇ 'ਚ ਕਿੰਨਾ ਕਦਮ ਆ। ਲੋ 25 ਤਰੀਕ ਨੂੰ ਤੁਹਾਨੂੰ ਦਿੰਦੇ ਹਾਂ ਹੋਕਾ ਬਾਈ, ਭੇਜੋ ਮੈਨੂੰ ਮੈਸੇਜ, ਨੰਬਰ ਭੇਜੋ, ਮੈਂ ਕਰੂੰਗਾ ਫੋਨ ਤੁਹਾਨੂੰ। ਬਹਿੰਦੇ ਹਾਂ ਆਪਾਂ ਉੱਥੇ ਜਾ ਕੇ ਬਾਰਡਰ 'ਤੇ ਕਰਦੇ ਹਾਂ ਸੀਲ, ਫਿਰ ਦੇਖਦੇ ਹਾਂ ਅੱਗੇ ਕੀ ਬਣਦਾ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ, ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।